ਇਹ ਜੀ ਜੋ ਪਿੱਛੇ 2015 ਵਿੱਚ ਤੁਹਾਨੂੰ ਪਤਾ ਹੀ ਹੈ ਜੋ 14 ਅਕਤੂਬਰ ਨੂੰ ਕੋਟਕਪੂਰੇ ਵਾਲਾ ਜੋ ਬੱਤੀਆਂ ਵਾਲਾ ਚੌਂਕ ਜਿਲ੍ਹਾ ਨੇ ਬਾਗ ਦਾ ਰੂਪ ਧਾਰਨ ਕੀਤਾ ਸਾਰਾ ਸਿਚੁਏਸ਼ਨ ਤੁਹਾਨੂੰ ਹੁਣ ਪਤਾ ਹੀ ਹੈ ਵਾਰੀ ਵਾਰੀ ਤਾਂ ਮੈਂ ਦੱਸਣ ਦਾ ਕਿਉਂਕਿ ਤੁਸੀਂ ਜਾਣਦੇ ਹੋ ਕੀ ਹੋਇਆ ਕਿਵੇਂ ਹੋਇਆ ਕੀ ਕਾਰਨ ਸੀ ਉਹਦਾ ਇੱਥੇ ਫਿਰ ਜੋ SIT ਸਰਕਾਰ ਨੇ ਕਮਿਸ਼ਨ ਤੋਂ ਬਾਅਦ ਬਣਾਈ ਹੈ ਉਹਦਾ ਕੀ ਸਮਾਂ ਦਿੱਤਾ ਇਹਨਾਂ ਨੇ ਹਜੇ 12 ਵਜੇ ਬਿਆਨ ਦਰਜ ਕਰਾਂਗੇ ਅਸੀਂ ਉਹ ਬਿਆਨ ਦੇਣ ਦੀ ਬਾਬਤ ਐਵੇਂ ਇੱਥੇ ਕੀ ਘਟਨਾ ਕਿਵੇਂ ਇਹਨਾਂ ਨੇ ਤਸ਼ੱਦਦ ਕੀਤਾ ਕਿਵੇਂ ਗੁਰਬਾਣੀ ਪੜ੍ਹਦੀ ਸੰਗਤ ਉੱਤੇ ਉਹਨਾਂ ਲਾਠੀਆਂ ਗੋਲੀਆਂ ਭਰਾਈਆਂ ਕਈ ਗੱਲਾਂ ਸਾਹਮਣੇ ਆਉਂਦੀਆਂ ਇਹ ਪੁਲਿਸ ਗੰਦੀਆਂ ਗਾਲਾਂ ਕੱਢ ਕੇ ਇਹ ਵੀ ਕਹਿ ਰਹੀ ਸੀ ਕਿ ਤੁਸੀਂ ਧਰਨਾ ਲਾਓਗੇ ਜਾਣੀ ਕਿ ਇਹਨਾਂ ਦੀ ਜਿਹੜੀ ਸੰਬੋਧਨ ਸ਼ੈਲੀ ਬੜੀ ਗੰਦੀ ਸੀ ਜਿਵੇਂ ਉਹਨਾਂ ਨੂੰ ਮਾਨਸਿਕ ਤੌਰ 'ਤੇ ਪਹਿਲਾਂ ਤਿਆਰ ਕਰਕੇ ਲਿਆਉਂਦਾ ਹੁੰਦਾ ਵੀ ਤੁਸੀਂ ਇਹਨਾਂ ਨੇ ਸੱਟਾਂ ਮਾਰਨੀਆਂ ਲਾਠੀਚਾਰਜ ਕੁਛ ਹੋਰ ਚੀਜ਼ ਹੈ ਸੱਟਾਂ ਮਾਰਨੀਆਂ ਜਾਂ ਕਿਸੇ ਨੂੰ ਜਲੀਲ ਕਰਨਾ ਜਾਂ ਧਰਮ ਦੇ ਖਿਲਾਫ਼ ਬੋਲਣਾ ਇਹ ਕੁਛ ਹੋਰ ਹੈ ਇਹ ਕੋਈ ਤਿਆਰੀ ਵੱਧ ਤਰੀਕੇ ਨਾਲ ਪੁਲਿਸ ਨੇ ਤਸ਼ੱਦਦ ਕੀਤਾ ਉਹ ਬਿਆਨ ਅਸੀਂ ਦੇਣੇ ਤੁਸੀਂ ਉਸ ਵੇਲੇ ਕਿੱਥੇ ਸੀ ਅਸੀਂ ਸੰਗਤ ਦੇ ਨਾਲ ਹੀ ਜਾਪ ਕਰ ਰਹੇ ਸੀ ਅਸੀਂ ਕਿਉਂਕਿ ਪਿੰਡ ਨੇੜੇ ਹੋਣ ਕਰਕੇ ਤੁਹਾਨੂੰ ਵੀ ਪਤਾ ਵੀ ਸ਼ਾਮ ਨੂੰ ਲੰਗਰਾਂ ਪ੍ਰਬੰਧ ਵੀ ਪਿੰਡਾਂ 'ਚ ਹੋਇਆ ਸਾਡੇ ਪਿੰਡ ਵੀ ਅਸੀਂ ਕੁਛ ਸੰਗਤ ਉੜ ਗਈ ਸੀਗੀ ਅਸੀਂ ਬੈਠ ਗਏ ਸੀਗੇ ਉਹਨਾਂ ਨੇ ਸੁਬਾਹ ਲੰਗਰ ਲੈ ਕੇ ਆਉਣਾ ਸੀ ਅਸੀਂ ਸੁਬਾਹ ਜਾਣਾ ਸੀ ਉਸ ਤੋਂ ਪਹਿਲਾਂ ਇੱਕ ਰਾਤ ਪਹਿਲਾਂ ਸਾਨੂੰ ਗ੍ਰਿਫਤਾਰ ਵੀ ਕੀਤਾ ਗਿਆ ਅੱਡੋ ਅੱਡੀ ਤਾਂ ਸਾਨੂੰ ਪਤਾ 13 ਦੀ ਸੁਬਾਹ ਫਿਰ ਧਰਨਾ ਲੱਗਿਆ ਅਸੀਂ ਉਸ ਟਾਈਮ ਜਾਪ ਕਰ ਰਹੇ ਸੀਗੇ ਅਤੇ ਜਦੋਂ ਸਾਰੀ ਸੈਸ਼ਨ ਤੁਹਾਨੂੰ ਪਤਾ ਵੀ ਕੋਈ ਇਹ ਹੈ ਨਹੀਂ ਸੀ ਵੀ ਇੱਥੇ ਤੱਕ ਇੰਨੀ ਨੀਚ ਹਰਕਤ ਕਰਨਗੇ ਇਹ ਅਸੀਂ ਵੀ ਚਲੋ ਖੜਾਉਣਗੇ ਜਾਂ ਗੱਲਬਾਤ ਚੱਲ ਰਹੀ ਹੈ ਉਸ ਟਾਈਮ ਅਸੀਂ ਇੱਥੇ ਨਿਤਨੇਮ ਕਰ ਰਹੇ ਸੰਗਤਾਂ ਨਾਲ ਜਿਸਾ ਕਿ ਨਵੀਂ ਜਾਂਚ ਟੀਮ ਤਿਆਰ ਹੋਈ ਹੈ ਬਿਆਨ ਦਰਜ ਕਰ ਰਹੀ ਤੁਹਾਨੂੰ ਉਮੀਦ ਹੈ ਕਿ ਜਿਹੜੇ ਹੁਣ ਬੇਅਦਬੀ ਮਾਮਲਿਆਂ 'ਚ ਇਨਸਾਫ ਮਿਲੇਗਾ ਦੇਖੋ ਜੀ ਉਮੀਦ ਤਾਂ ਸਾਰੇ ਦੁਨੀਆਂ ਨੇ ਲਾਈਵ ਲਿਖਿਆ ਉਹਦੇ ਪਾਸ ਵਿਧਾਨ ਸਭਾ ਜੋ ਚੱਲਿਆ ਉਮੀਦ ਤਾਂ ਜਿਹਨਾਂ ਨੇ ਆਪ ਕਿਹਾ ਕਿ ਸਖਤ ਕਾਰਵਾਈ ਕਰਾਂਗੇ ਰੋਜ਼ ਬਿਆਨ ਤਾਂ ਲੱਗਦਾ ਸਖਤ ਕਾਰਵਾਈ ਕਿੱਥੇ ਹੁੰਦੀ ਹੈ ਪਰਮਾਤਮਾ ਜਾਣੇ ਪਰ ਮੈਂ ਇੱਕ ਬੇਨਤੀ ਕਰਦਾ ਵੀ ਇਹ ਪਰਮਾਤਮਾ ਦੇ ਦਰ ਕਚਹਿਰੀਆਂ 2 ਤਰ੍ਹਾਂ ਦੀਆਂ ਹੈ ਹੋ ਸਕਦਾ ਮਾਨਸਾ ਕਿ ਦਿਵਾਣੋ ਕਿ ਨਸ ਭੱਜ ਨਿਕਲੇ ਹਰ ਦਿਵਾਣੋ ਕਿ ਕਿੱਥੇ ਜਾਇਆ ਗੁਰਬਾਣੀ ਦਾ ਫਰਮਾਨ ਹੈ ਦੁਨੀਆਂ ਵਾਲੀਆਂ ਕਚਹਿਰੀਆਂ 'ਚ ਉਰਾ ਬਰਾ ਖੱਪਾ ਸੱਜਾ ਕਰਕੇ ਕੀ ਕੁਛ ਵੀ ਹੋ ਸਕਦਾ ਹੈ ਪਰ ਉਹ ਪਰਮਾਤਮਾ ਉੱਪਰ ਦੇਖ ਰਿਹਾ ਸਤਿਗੁਰ ਨੂੰ ਸਭ ਕੁਝ ਦੇਖਦਾ ਸਾਨੂੰ ਪਰਮਾਤਮਾ ਤੋਂ ਉਮੀਦ ਹੈ ਕਿ ਜ਼ਰੂਰ ਇਹਨੂੰ ਇੱਕ ਦਿਨ ਸਜ਼ਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਕੋਈ ਸਾਜਾ ਕਿਵੇਂ ਸਾਨੂੰ ਕੀ ਪ੍ਰਤੱਖ ਦਿਸੇ ਅਸਲ ਵਿੱਚ ਜਿਹਨੇ ਪਾਪ ਕੀਤਾ ਹੁੰਦਾ ਸਜ਼ਾ ਨੂੰ ਉਦੀ ਲੱਗ ਜਾਂਦੀ ਹੈ ਮਾਨਸਿਕ ਤੌਰ 'ਤੇ ਉਦੀ ਉਹ ਸਜ਼ਾ ਦਾ ਭਾਗੀਦਾਰ ਬਣ ਜਾਂਦਾ ਅਖੀਰੇ ਕਿਸੇ ਨੇ ਪਾਪ ਅੱਜ ਨਹੀਂ ਤਾਂ ਕੱਲ੍ਹ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਇਹ ਹੋਣਾ ਹੀ ਹੋਣਾ ਸਰਕਾਰ ਆਪਣਾ ਨਾਲ ਖਾਜੇ ਕਿਉਂਕਿ ਸਤਿਗੁਰ ਨੇ ਮੌਕਾ ਦਿੱਤਾ ਇਹਨਾਂ ਨੂੰ ਇਨਸਾਫ ਕਰਨ ਦਾ ਤਵਾਰੀ ਕਿਸੇ ਨੂੰ ਮਾਫ਼ ਨਹੀਂ ਕਰਦੀ ਹੁੰਦੀ ਔਰੰਗਜ਼ੇਬ ਦੇ ਅਹਿਲਕਾਰਾਂ ਦੇ ਨਾਲ ਹੀ ਨਾ ਆਉਂਦੇ ਹੈ ਅਤੇ ਜਿਹੜੇ ਵਫ਼ਾਦਾਰ ਕਰਕੇ ਜਿਵੇਂ ਦੀਵਾਨ ਕੌੜਾ ਮੱਲ ਵਰਗੇ ਇਤਿਹਾਸ ਵਿੱਚ ਆਉਂਦੇ ਜਿਹੜੇ ਜਕਰੀਆ ਖਾਨ ਦੇ ਨਾਲ ਰਹਿ ਕੇ ਵਫ਼ਾਦਾਰੀ ਕਰਦੇ ਰਹੇ ਆ ਮੈਂ ਬੇਨਤੀ ਕਰੂੰ ਵੀ ਕੌੜੇ ਮੱਲ ਦਾ ਰੋਲ ਨਿਭਾ ਜਾਣ ਨਹੀਂ ਤਾਂ ਪਰ ਇਹ ਸੰਸਾਰ ਆਉਣ ਜਾਣ ਖੇਡ ਬਣਦੀ ਹੈ ਇਹ ਦੇਖਣ ਸੱਚ ਦੇ ਰਾਹ 'ਤੇ ਕਿਸ ਸਿਆਰਿਆਂ 'ਚ ਨਾਲ ਖਾਉਣਾ ਹੈ ਕਿ ਝੂਠ ਦੇ ਰਾਹ ਵਿੱਚ ਬੈ ਕੁੜਿਆਰਿਆਂ 'ਚ ਨਾਲ ਖਾਉਣਾ ਤੁਹਾਨੂੰ ਪਤਾ ਹੈ ਕਿ ਤਫਤੀਸ਼ ਚੱਲ ਰਹੀ ਹੈ ਅਤੇ ਜੋ ਇੱਥੇ ਫਾਇਰਿੰਗ ਹੋਈ ਸੀ 2015 ਦੇ ਵਿੱਚ 14 ਅਕਤੂਬਰ ਨੂੰ ਉਸ ਸੰਬੰਧ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਇਹ ਇਨਕੁਆਇਰੀ ਨਹੀਂ ਹੈ ਇਹ ਇਨਵੈਸਟੀਗੇਸ਼ਨ ਹੈ ਅਤੇ ਜੋ ਸਾਨੂੰ ਮੈਂਡੇਟ ਹੈ ਉਸ ਦੇ ਹਿਸਾਬ ਦੇ ਨਾਲ ਕੇਸ ਦੀ ਤਫਤੀਸ਼ ਕੀਤੀ ਜਾਵੇਗੀ ਅਤੇ ਤਫਤੀਸ਼ ਕਰਕੇ ਰਿਪੋਰਟ ਟ੍ਰਾਇਲ ਕੋਰਟ ਦੇ ਵਿੱਚ ਦੇਣੀ ਹੈ ਅਤੇ ਇਹ ਕੋਈ ਫੈਕਟ ਫਾਈਂਡਿੰਗ ਇਨਕੁਆਇਰੀ ਨਹੀਂ ਹੈ ਇਹ ਮਤਲਬ ਫੁੱਲ ਫਲੇਜਿਕ ਤਫਤੀਸ਼ ਇਸ ਕਰਕੇ ਅਸੀਂ ਉਸ ਦਿਨ ਜੋ ਕੁਛ ਵੀ ਹੋਇਆ ਸੀ ਅੱਜ ਦਾ ਸਾਡਾ ਇਹ ਕੰਮ ਹੈ ਕਿ ਜੋ ਕੇਸ ਦਾ ਕੰਪਲੇਨੈਂਟ ਹੈ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਦੂਸਰਾ ਜੋ ਵੀ ਗਵਾਹ ਸਾਨੂੰ ਮਿਲਣਗੇ ਇੱਥੇ ਉਹਨਾਂ ਦਾ ਬਿਆਨ ਅਸੀਂ ਦਰਜ ਕਰਾਂਗੇ ਤੀਸਰਾ ਅਸੀਂ ਜੋ ਪਲੇਸ ਆਫ ਅਕਰੈਂਸ ਹੈ ਉਹਨੂੰ ਰੀਕੰਸਟਰਕਟ ਕਰਾਂਗੇ ਉੱਥੇ ਅਸੀਂ ਮੌਕਾ ਮੁਲਾਹਜ਼ਾ ਜਿਹਨੂੰ ਅਸੀਂ ਕਰਦੇ ਹਾਂ ਉਹ ਕਰਾਂਗੇ ਉਸ ਤੋਂ ਬਾਅਦ ਫਿਰ ਇਹ ਤਫਤੀਸ਼ ਜਾਰੀ ਰਹੇਗੀ ਦੂਸਰੀ ਗੱਲ ਹੈ ਕਿ ਤਫਤੀਸ਼ ਬਹੁਤ ਹੀ ਫੇਅਰ ਇੰਪਾਰਸ਼ੀਅਲ ਅਤੇ ਟਰਾਂਸਪੇਰੈਂਟ ਮੈਨਰ ਦੇ ਵਿੱਚ ਚੱਲੇਗੀ ਬਹੁਤ ਹੀ ਪਾਰਦਰਸ਼ੀ ਤਰੀਕੇ ਦੇ ਨਾਲ ਅਸੀਂ ਤਫਤੀਸ਼ ਕਰਾਂਗੇ ਕਿਉਂਕਿ ਇਹ ਬਹੁਤ ਸੰਵੇਦਨਸ਼ੀਲ ਮਸਲਾ ਹੈ ਅਤੇ ਇਸ ਦੇ ਵਿੱਚ ਮਤਲਬ ਜਿਸ ਕਿਸੇ ਦਾ ਵੀ ਦੋਸ਼ ਆਏਗਾ ਉਸ ਦੇ ਖਿਲਾਫ਼ ਕੋਰਟ ਦੇ ਵਿੱਚ ਜ਼ਰੂਰ ਅਸੀਂ ਚਾਰਜਸ਼ੀਟ ਕਰਾਂਗੇ
ਅਤੇ ਲੇਕਿਨ ਉਹ ਅਸੀਂ ਅੱਜ ਦੀ ਤਰੀਕ ਦੇ ਵਿੱਚ ਕੋਈ ਸਿੱਟਾ ਨਹੀਂ ਕੱਢ ਸਕਦੇ ਹਾਂ, ਤਫਤੀਸ਼ ਤੋਂ ਬਾਅਦ ਹੀ ਅਸੀਂ ਇਸ ਸਿੱਟੇ ਨੂੰ ਦੇਖੋ। ਜੋ ਜੋ ਵਿਅਕਤੀ ਜਦੋਂ ਤਫਤੀਸ਼ ਸ਼ੁਰੂ ਹੋ ਗਈ ਹੈ, ਸਟਾਰਟ ਹੋ ਗਈ ਹੈ, ਸਟੈਪ ਬਾਈ ਸਟੈਪ ਅਸੀਂ ਚੱਲਾਂਗੇ। ਜਿਸ ਕਿਸੇ ਦੀ ਵੀ ਇਹਦੇ ਵਿੱਚ ਜ਼ਰੂਰਤ ਹੋ ਗਈ ਸ਼ਾਮਿਲ ਤਫਤੀਸ਼ ਕਰਨ ਦੀ, ਉਹਨੂੰ ਸ਼ਾਮਿਲ ਤਫਤੀਸ਼ ਜ਼ਰੂਰ ਕੀਤਾ ਜਾਵੇ। ਹਾਂਜੀ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਹ ਕਿਹਾ ਕਿ ਜਿਸ ਜਿਸ ਵਿਅਕਤੀ ਦੀ ਲੋੜ ਹੋ ਗਈ ਤਫਤੀਸ਼ ਦੇ ਵਿੱਚ, ਉਸਨੂੰ ਸ਼ਾਮਿਲ ਜ਼ਰੂਰ ਕੀਤਾ ਜਾਵੇ। ਸਰ, ਅੱਜ ਆਫੀਸ਼ੀਅਲੀ ਕਿੰਨੇ ਵਿਟਨੈਸ ਨੂੰ ਜਿਹੜਾ ਇੱਥੇ ਕਾਲ ਕੀਤੀ ਗਈ? ਦੇਖੋ, ਅਸੀਂ ਕਾਲ 5-6 ਵਿਟਨੈਸ ਆਏ ਨੇ ਇੱਥੇ ਵੀ ਅਤੇ ਫਰੀਦਕੋਟ ਦੇ ਵਿੱਚ ਵੀ, ਲੇਕਿਨ ਅਸੀਂ ਮਤਲਬ ਓਪਨ ਤਰੀਕੇ ਦੇ ਨਾਲ ਕਰ ਰਹੇ ਹਾਂ ਤਫਤੀਸ਼, ਜਿਹਨਾਂ ਨੂੰ ਨਹੀਂ ਕਾਲ ਕੀਤਾ ਗਿਆ ਹੈ, ਕਿਉਂਕਿ ਸਾਨੂੰ ਪਤਾ ਨਹੀਂ ਹੈ ਨਾ ਕਿ ਆਫੀਸ਼ੀਅਲੀ ਕੌਣ ਕੌਣ ਵਿਟਨੈਸ ਨੇ। ਤਾਂ ਕੋਈ ਵੀ ਵਿਅਕਤੀ ਇੱਥੇ ਆ ਕੇ ਮਤਲਬ ਆਪਣਾ ਬਿਆਨ ਦਰਜ ਕਰਾ ਸਕਦਾ ਹੈ ਕੋਟਕਪੂਰਾ ਦੇ ਵਿੱਚ। ਫਰੀਦਕੋਟ ਦੇ ਵਿੱਚ ਸਾਡਾ ਕੈਂਪ ਆਫਿਸ ਹੈ, ਸਾਡਾ ਮੇਨ ਦਫਤਰ ਮੋਹਾਲੀ ਦੇ ਵਿੱਚ ਹੈ, ਉੱਥੇ ਵੀ ਕੋਈ ਆ ਸਕਦੇ ਨੇ, ਅਤੇ ਅੰਮ੍ਰਿਤਸਰ ਦੇ ਵਿੱਚ ਵੀ ਬਿਆਨ ਦਰਜ ਕਰਵਾ ਸਕਦੇ ਨੇ। ਅਸੀਂ 3 ਥਾਂ 'ਤੇ ਆਪਣਾ ਦਫਤਰ ਰੱਖੇ ਹੋਏ ਹਾਂ। ਦੇਖੋ, ਇਹ ਅਸੀਂ ਦੇਖੋ ਤੁਹਾਨੂੰ ਹਰੇਕ ਚੀਜ਼ ਮਤਲਬ ਇਹ ਨਹੀਂ ਦੱਸਾਂਗੇ ਕਿੰਨੇ ਬਿਆਨ ਹੋ ਗਏ, ਕਿਉਂਕਿ ਜੋ ਬਿਆਨ ਹੋ ਰਿਹਾ ਹੈ ਨੰਬਰ 'ਤੇ ਤੁਸੀਂ ਨਾ ਜਾਓ, ਠੀਕ ਹੈ ਕਿ ਨਹੀਂ? ਜੋ ਜੋ ਬਿਆਨ ਹੁੰਦਾ ਜਾਵੇਗਾ ਅਤੇ ਹੌਲੀ ਹੌਲੀ ਬਿਆਨ 'ਤੇ ਤਾਂ ਕੋਈ ਫਾਇਦਾ ਨਹੀਂ ਹੈ ਨਾ, ਜਦੋਂ ਬਿਆਨ ਆ ਗਿਆ ਬਿਆਨ ਤੋਂ ਬਾਅਦ ਅਸੀਂ ਹੋਰ ਵੀ ਮਤਲਬ ਐਵੀਡੈਂਸ ਲੈ ਕੇ ਆਉਣਾ ਹੈ ਫਾਈਲ ਦੇ ਉੱਤੇ, ਐਵੀਡੈਂਸ ਆ ਜਾਏਗਾ ਅਤੇ ਤੁਹਾਨੂੰ ਮਤਲਬ ਰੈਗੂਲਰ ਇੰਟਰਵਲ 'ਤੇ ਅਸੀਂ ਦੱਸਦੇ ਰਹਾਂਗੇ, ਕੋਈ ਚੀਜ਼ ਲੁਕੋ ਕੇ ਨਹੀਂ ਰੱਖਣੀ। ਸਰ, ਫਰੀਦਕੋਟ ਨੇ ਕੱਲ੍ਹ ਸੇ ਪੁਲਿਸ ਅਧਿਕਾਰੀਓ ਕੇ ਜੋ ਸਟੇਟਮੈਂਟ ਦਰਜ ਹੋ ਰਹੀ ਹੈ, ਸਰ ਆਜ ਵੀ ਕਿਸ ਕਿਸ ਲੈਵਲ ਕੇ ਜੋ ਹੈ ਅਧਿਕਾਰੀ ਬੁਲਾਏ ਗਏ? ਤੁਸੀਂ ਲੈਵਲ ਦੀ ਗੱਲ ਛੱਡ ਦਿਓ, ਠੀਕ ਹੈ ਕਿ ਨਹੀਂ? ਤਫਤੀਸ਼ ਜਦੋਂ ਹੁੰਦਾ ਹੈ ਨਾ, ਤਫਤੀਸ਼ ਦੇ ਵਿੱਚ ਦੇਖੋ ਕਾਨੂੰਨ ਦਾ ਸ਼ਾਸਨ ਹੁੰਦਾ, ਜੀ ਸਰ, ਠੀਕ ਹੈ ਨਾ? ਕਾਨੂੰਨ ਦੇ ਵਿੱਚ ਕੋਈ ਵੀ ਵੱਡਾ ਨਹੀਂ ਹੁੰਦਾ ਹੈ, ਕੋਈ ਵੀ ਛੋਟਾ ਨਹੀਂ ਹੁੰਦਾ, ਅਤੇ ਪੁਲਿਸ ਦੇ ਵਿੱਚ ਕੋਈ ਵੀ ਅਧਿਕਾਰੀ ਨਾ ਛੋਟਾ ਹੁੰਦਾ ਹੈ ਨਾ ਵੱਡਾ ਹੁੰਦਾ ਹੈ, ਸਾਰਿਆਂ ਦਾ ਰੈਂਕ ਬਰਾਬਰ ਹੁੰਦਾ ਹੈ ਜਿੱਥੇ ਤੱਕ ਤਫਤੀਸ਼ ਦਾ ਸਵਾਲ ਹੈ। ਇਸ ਕਰਕੇ ਤੁਸੀਂ ਰੈਂਕ ਦੀ ਕੋਈ ਗੱਲ ਨਾ ਕਰੋ, ਤੁਸੀਂ ਆਉਣ ਵਾਲੇ ਸਮਾਂ ਦੇ ਵਿੱਚ ਦੇਖੋਗੇ ਜਦੋਂ ਵੀ ਜਿਸ ਕਿਸੇ ਦੀ ਵੀ ਲੋੜ ਹੋਗੀ ਤਫਤੀਸ਼ ਦੇ ਵਿੱਚ, ਜਿਸ ਜਿਸ ਦੀ ਸ਼ਮੂਲੀਅਤ ਆਏਗੀ, ਜਾਂ ਤਾਂ ਮਤਲਬ ਦੋਸ਼ੀ ਦੇ ਰੂਪ ਦੇ ਵਿੱਚ ਜਾਂ ਗਵਾਹ ਦੇ ਰੂਪ ਦੇ ਵਿੱਚ, ਉਹਨਾਂ ਦਾ ਬਿਆਨ ਜ਼ਰੂਰ ਕਲਮਬੰਦ ਕੀਤਾ ਜਾਵੇਗਾ। ਸਰ, ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਜਿਹੜੇ ਇਨਵੈਸਟੀਗੇਸ਼ਨ ਹੋਈਆਂ, ਕੀ ਉਹਨਾਂ ਦੇ ਤੱਥ ਵੀ ਪਹਿਲਾਂ ਜਿਹੜੀ ਹੁਣ ਜਿਹੜੀ ਟੀਮ ਹੈ ਲਏਗੀ ਜਾਂ ਨਵੇਂ ਸਿਰੇ ਹੀ ਸਾਰੀ ਇਨਵੈਸਟੀਗੇਸ਼ਨ? ਜੋ ਤਫਤੀਸ਼ ਹੁੰਦੀ ਹੈ ਨਾ, ਤਫਤੀਸ਼ ਜਿਸ ਨੂੰ ਇਨਵੈਸਟੀਗੇਸ਼ਨ ਕਿਹਾ ਜਾਂਦਾ ਹੈ, ਇਹ ਤਾਂ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਹਿਸਾਬ ਦੇ ਨਾਲ ਹੁੰਦੀ ਹੈ, ਅਤੇ ਜੋ ਐਵੀਡੈਂਸ ਦਾ ਸਟੈਂਡਰਡ ਹੁੰਦਾ ਹੈ ਉਹ ਇੰਡੀਅਨ ਐਵੀਡੈਂਸ ਐਕਟ ਦੇ ਤਹਿਤ ਹੁੰਦਾ ਹੈ। ਤਾਂ ਇਸ ਤੋਂ ਪਹਿਲਾਂ ਜੋ ਇਨਕੁਆਇਰੀ ਹੋਈ ਹੈ ਉਹ ਸਾਰੀ ਫੈਕਟ ਫਾਈਂਡਿੰਗ ਇਨਕੁਆਇਰੀ ਸੀ। ਇਹ ਜਿਹੜੀ ਤਫਤੀਸ਼ ਹੈ, ਇਸ ਤਫਤੀਸ਼ ਦਾ ਜੋ ਸਿੱਟਾ ਹੈ ਉਹ ਸਿੱਧਾ ਪੁਲਿਸ ਰਿਪੋਰਟ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਜਾਏਗਾ। ਫਰੀਦਕੋਟ ਦੇ ਵਿੱਚ ਜੋ ਟ੍ਰਾਇਲ ਕੋਰਟ ਹੈ ਉਸ ਟ੍ਰਾਇਲ ਕੋਰਟ ਦੇ ਵਿੱਚ ਜਾਏਗਾ, ਠੀਕ ਹੈ? ਰਿਪੋਰਟ ਜੋ ਵੀ ਕੋਈ ਸੀਨੀਅਰ ਮਤਲਬ ਅਫਸਰ ਜਾਂ ਸਰਕਾਰ ਰਿਪੋਰਟ ਜਦੋਂ ਮਤਲਬ ਸਾਡੇ ਕੋਲੋਂ ਲਵੇਗੀ ਤਾਂ ਰਿਪੋਰਟ ਅਸੀਂ ਜ਼ਰੂਰ ਦੇਵਾਂਗੇ, ਲੇਕਿਨ ਇਸ ਤਫਤੀਸ਼ ਦਾ ਸਿੱਟਾ ਸਿੱਧਾ ਟ੍ਰਾਇਲ ਕੋਰਟ ਦੇ ਵਿੱਚ ਜਾਣਾ ਹੈ, ਠੀਕ ਹੈ? ਅਤੇ ਇਸ ਕਰਕੇ ਪਿੱਛੇ ਜੋ ਕੁਛ ਵੀ ਤਫਤੀਸ਼ ਮਤਲਬ ਕਿਸੇ ਏਜੰਸੀ ਵੱਲੋਂ ਕੀਤੀ ਗਈ ਹੈ ਉਹਦੇ ਵਿੱਚ ਜੇਕਰ ਕੋਈ ਚੀਜ਼ ਆਈ ਹੈ ਤਾਂ ਉਸਦਾ ਅਸੀਂ ਸਹਾਰਾ ਜ਼ਰੂਰ ਲਵਾਂਗੇ, ਲੇਕਿਨ ਇਹ ਤਫਤੀਸ਼ ਬਿਲਕੁਲ ਨਵੇਂ ਸਿਰੇ ਤੋਂ ਚੱਲੂ। ਥੈਂਕ ਯੂ।